एक पासे तो पूरी दुनिया के धन साहब श्री गुरु दशम पिता जी का विसाखी का त्यौहार यानी कि खालसा पंथ स्थापना का त्यौहार मनाया जा रहा, पर दूसरे पास एक फिर तो बेअदबी का मामला सामने आया। तुम दस दिए कि पंजाब गुरुआं पीरां ते शहीदां की पवित्र धरती है, इत्थे बार बार बेअदबियां दे लगातार मामले सामने आ रहे, चाहे वह सिख दे ककारां दी बेअदबी होवे जां धन साहब श्री गुरु ग्रंथ साहब जी की बेअदबी होवे। पर इत्थे तुम दसने कि जिहड़ा अज मसला यह डेढ़ के पिंड का जगराऊं दे नेड़े डेढ़ के पिंड है जिथे कि एक औरत जिहड़ी अमृतधारी औरत आ सिख सिखी सरूप दे विच आ उस दे केसां दी बेअदबी हुई ते उस दे श्री साहब नूं भी खिच तोई हुई। असल कहानी की आ, सब तो पहला भैन जी नाल गलबात करांगे कि लड़ाई झगड़े तो अक्सर पंजाब दे विच चलदे रहिंदे पर वार बार जिहड़ी बेअदबी दीआं घटनां रुकण दीआं नाम नहीं लै रहीआं। भैन जी सति श्री अकाल जी। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਭੈਣ ਜੀ? ਕਿਰਨਦੀਪ ਕੌਰ ਹੈ ਜੀ। ਕਿਰਨਦੀਪ ਜੀ ਕੋਰੀ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਦੇੜਕੇ ਤੋਂ ਰਹਿਣ ਵਾਲੇ ਹਾਂ ਜੀ। ਜੀ, ਕੀ ਕਾਰਨ ਹੋਇਆ ਕਿ ਤੁਹਾਡੇ ਕੇਸਾਂ ਦੀ ਬੇਅਦਬੀ ਹੋ ਗਈ, ਤੁਹਾਡਾ ਸ੍ਰੀ ਸਾਹਿਬ ਵੀ ਇੱਕ ਸ਼ਰਾਰਤੀ ਅਨਸਰਾਂ ਵੱਲੋਂ ਤੋੜਿਆ ਗਿਆ? ਬਾਬਾ ਜੀ, ਅਸੀਂ ਤਾਂ ਪਹਿਲੀ ਗੱਲ ਇਹ ਕਿਸੇ ਨੂੰ ਕੁਛ ਕਹਿੰਦੇ ਨਹੀਂ ਗੇ। ਮੈਂ ਤਾਂ ਜੀ ਸੈਂਟਰ ਜਾ ਰਹੀ ਸੀਗੀ, ਮੇਰੇ ਮੰਮਾ ਜੀ ਮੈਨੂੰ ਬੱਸ ਚੜ੍ਹਾਉਣ ਚੱਲੇ ਸੀਗੇ ਅਤੇ ਇਹਨਾਂ ਨੇ ਇਹ ਤਿਆਰ ਬਰ ਤਿਆਰ ਖੜ੍ਹੇ ਸੀਗੇ, ਇਹਨਾਂ ਨੇ ਮੈਨੂੰ ਖਿੱਚ ਕੇ ਅੰਦਰ ਕਰ ਲਿਆ ਅਤੇ ਇਹਨਾਂ ਨੇ ਮੇਰੀ ਕੇਸਾਂ ਦੀ ਬੇਅਦਬੀ ਕੀਤੀ, ਇਹਨਾਂ ਨੇ ਦਸਤਾਰ ਲਾਹੀ ਅਤੇ ਇਹਨਾਂ ਨੇ ਮੇਰੀ ਸ਼੍ਰੀ ਸਾਹਿਬ ਫੜ ਕੇ ਸੁੱਟ ਦਿੱਤੀ ਅਤੇ ਤੁਹਾਡੇ ਸਾਹਮਣੇ ਸਬੂਤ ਸਮੇਤ ਪੇਸ਼ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਕੇਸ ਜਿਹੜੇ ਮੇਰੇ ਹੱਥ ਵਿੱਚ ਫੜੇ ਹੋਏ ਆ ਇਸ ਲੜਕੀ ਦਾ ਜਿਹੜਾ ਸਿੱਖੀ ਦੇ ਸਰੂਪ ਦੇ ਵਿੱਚ ਸੀ, ਇਹਨਾਂ ਦੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਕੀਤੀ ਗਈ ਹੈ। ਪਰ ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਔਰਤ ਦਾ ਬੜਾ ਵੱਡਾ ਰੁਤਬਾ ਸਤਿਕਾਰ ਕੀਤਾ ਗਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਪਰ ਫਿਰ ਵੀ ਜਿਹੜੇ ਸ਼ਰਾਰਤੀ ਅਨਸਰ ਆ ਇਹਨਾਂ ਗੱਲਾਂ ਤੋਂ ਆਵਾਜ਼ ਨਹੀਂ ਆ ਰਹੀ, ਫਿਰ ਭੈਣ ਜੀ ਕੀ ਗੱਲ ਹੋਈ? ਫਿਰ ਹੀ ਉਹਨਾਂ ਨੇ ਮੇਰੀ ਇੱਜ਼ਤ 'ਤੇ ਵਾਰ ਵੀ ਕੀਤਾ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ। ਤੁਹਾਡੇ ਸ੍ਰੀ ਸਾਹਿਬ ਨੂੰ ਤੁਸੀਂ ਕਹਿ ਰਹੇ ਵੀ ਸ੍ਰੀ ਸਾਹਿਬ ਨੂੰ ਉਹਨਾਂ ਨੇ ਮੇਰਾ ਸ੍ਰੀ ਸਾਹਿਬ ਲਾ ਕੇ ਥੱਲੇ ਸੁੱਟ ਦਿੱਤਾ ਸੀਗਾ ਅਤੇ ਮੇਰੀ ਇੱਜ਼ਤ 'ਤੇ ਵਾਰ ਵੀ ਕੀਤਾ ਗਿਆ, ਉਹਨਾਂ ਨੇ ਮੇਰੀ ਸ਼ਰਟ ਫਾੜੀ ਅਤੇ ਮੈਂ ਜਦੋਂ ਵੀ ਕਿਤੇ ਜਾਂਦੀ ਹਾਂ ਤਾਂ ਉਹਨਾਂ ਨੇ ਹਾਰਨ ਦੇਖ ਕੇ ਮਾਰਨੇ ਜਾਂ ਕਿਤੇ ਅੱਡੇ 'ਤੇ ਖੜ੍ਹ ਜਾਣਾ ਤਾਂ ਉੱਥੇ ਦੇਖ ਕੇ ਛੇੜਨਾ ਉਹਨਾਂ ਨੇ। ਬੰਦੇ ਕੌਣ ਆ? ਨਾਮ ਉਹਨਾਂ ਦਾ, ਮੁੰਡੇ ਦਾ ਨਾਮ ਜੀ ਮਨਜੋਤ ਸਿੰਘ ਹੈ ਅਤੇ ਫਾਦਰ ਸਾਹਿਬ ਦਾ ਨਾਮ ਨਿਰਭੈ ਸਿੰਘ ਹੈ ਅਤੇ ਜੀ ਮਾਤਾ ਦਾ ਨਾਮ ਅਮਰਜੀਤ ਕੌਰ ਹੈ ਜੀ। ਕੋਈ ਪਹਿਲਾਂ ਦੀ ਵੀ ਰੰਜਿਸ਼ਬਾਜ਼ੀ ਚੱਲਦੀ ਆ ਰਹੀ ਜਾਂ ਕੋਈ ਮਾਮੂਲੀ ਤਤਕਾਰ ਹੋਈ? ਬਾਬੀ ਵੀਰ ਜੀ, ਇਹ 'ਚ ਕੋਈ ਮਤਲਬ ਕਿ ਇੱਦਾਂ ਨਹੀਂ ਸੀਗਾ ਕਿ ਹਰੇਕ ਨਾਲ ਹੀ ਪੰਗਾ ਲੈਂਦੇ ਆ। ਇਹ ਜਾਣ ਇਹ ਸਾਡੀ ਜਿਹੜੀ ਹੈ ਨਾ ਕਿਰਪਾਨਾਂ ਨੇ, ਇਹਨਾਂ ਦੇ ਚੌਬਦੀਆਂ ਨੇ, ਇਹ ਮਲੀਨ ਧੰਦਾ ਵੀ ਕਰਦੇ ਆ ਵਿੱਚ। ਅੱਛਾ ਜੀ। ਅਤੇ ਜਿਹੜੀ ਵੀ ਮਤਲਬ ਕਿ ਕਿਰਪਾਨਾਂ ਸਾਡੀਆਂ, ਇਹਨਾਂ ਨੂੰ ਆਏ ਆ ਕਿ ਅਸੀਂ ਵੀ ਇਹਨਾਂ ਨੂੰ ਵੀ ਅਸੀਂ ਆਪਦੇ ਵਰਗਾ ਬਣਵਾਈਏ ਜੀ। ਜਿਹੜੀ ਹੁਣ ਜਿਹੜੀ ਇੱਡੀ ਤੁਸੀਂ ਕਹਿੰਦੇ ਵੀ ਇਹ ਗੱਲ ਹੋਈ, ਇਹ ਗੱਲ ਦਾ ਕਾਰਨ ਕੀ ਹੋਇਆ? ਲੜਾਈ ਅਸਲ ਕੀ ਸੀ? ਅਸਲ ਲੜਾਈ ਜੀ ਪਾਣੀ ਪਿੱਛੇ ਸੀਗੀ, ਨਾਲੀ 'ਚ ਪਾਣੀ ਡੋਲਦੇ ਸੀਗੇ, ਜਿਹੜਾ ਵੀ ਮਤਲਬ ਕਿ ਰਾਤ ਨੂੰ ਬਾਥਰੂਮ ਵਗੈਰਾ ਕਰਦੀ ਸਾਰਾ ਬਾਹਰ ਰੋੜ ਦਿੱਤਾ ਜਾਂਦਾ ਸੀਗਾ ਅਤੇ ਜਦੋਂ ਅਸੀਂ ਲੰਘਣਾ ਕਰਨਾ ਸਮੈਲ ਆਉਂਦੀ ਹੈ, ਇੱਕ ਤਾਂ ਪੈਰ ਨੰਗੇ ਚਲੋ ਜਾਂਦੇ ਵੀ ਹਾਂ ਆਉਂਦੇ ਵੀ ਹਾਂ ਹੈ ਨਾ, ਅਤੇ ਪੈਰ ਨੰਗੇ ਹੁੰਦੇ ਆ ਤਾਂ ਇਹਦੇ ਨਾਲ ਕੀ ਆ ਕਿ ਗੰਦਗੀ ਵੀ ਪੈਦਾ ਹੁੰਦੀ ਆ, ਬਦਬੂ ਵੀ ਆਉਂਦੀ ਆ। ਇਹਨਾਂ ਦਾ ਕੋਈ ਵੀ ਸਾਡੇ ਨਾਲ ਕੰਟੈਕਟ ਹੈ ਨਹੀਂ ਸੀ, ਸਾਡੀ ਨਾਲੀ ਨਾਲ ਇਹਨਾਂ ਦੀ ਨਾਲੀ ਦੂਸਰੇ ਪਾਸੇ ਆਈ, ਇਹਨਾਂ ਦੇ 2 ਗੇਟ ਆਈ ਜੀ। ਤੁਹਾਡੇ ਮਾਤਾ ਵੀ ਹੋਸਪਿਟਲ ਦੇ ਵਿੱਚ, ਉਹਨਾਂ ਨੇ ਸੱਟ ਕੀ ਵੱਜੀ? ਉਹਨਾਂ ਦੇ ਜੀ ਇੱਕ ਤਾਂ ਪਿੱਛੇ ਸਿਰ 'ਚ ਖੰਡਾ ਮਾਰਿਆ ਜੀ ਉਹਨਾਂ ਦੇ ਜੀ, ਅਤੇ ਉਹਨਾਂ ਦੇ ਸੱਟ ਜ਼ਿਆਦਾ ਸੀਗੀ। ਚਲੋ ਅਸੀਂ ਪਰਚਾ ਉਦੋਂ ਦਰਜ ਨਹੀਂ ਕਰਾ ਸਕੇ ਕਿਉਂਕਿ ਵੀ ਪਤਾ ਹੀ ਹੈ ਵੀ ਹਲਚਲ 'ਚ ਥੋੜ੍ਹਾ ਪਤਾ ਨਹੀਂ ਲੱਗਦਾ, ਅਸੀਂ ਸਾਨੂੰ ਆਏ ਸੀਗੇ ਵੀ ਸਾਡੀ ਮਾਤਾ ਨੂੰ ਕੁਛ ਨਾ ਹੋ ਜੇ ਜੀ। ਇਸ ਪੂਰੀ ਘਟਨਾ ਦੇ ਵਿੱਚ ਮੇਰੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਜਿਹੜਾ ਲੁਧਿਆਣਾ ਤੋਂ ਬਰਨਾਲਾ ਤੋਂ ਜਸਪ੍ਰੀਤ ਸਿੰਘ ਢੋਲਣ ਜੀ ਗੱਲਬਾਤ ਕਰਨਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕਿਵੇਂ ਵੇਖਦੇ ਹੋ ਪੂਰੀ ਘਟਨਾ ਨੂੰ? ਇੱਕ ਔਰਤ ਜਿੱਥੇ ਕਿ ਸਿੱਖ ਧਰਮ ਦੇ ਵਿੱਚ ਔਰਤ ਦਾ ਬੜਾ ਵੱਡਾ ਰੁਤਬਾ ਅਤੇ ਸਤਿਕਾਰ ਕੀਤਾ ਜਾਂਦਾ, ਉੱਥੇ ਇੱਕ ਔਰਤ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਬਹੁਤ ਮਾੜੀ ਗੱਲ ਹੈ ਜੀ। ਖਾਸ ਕਰਕੇ ਅੱਜ ਦੇ ਦਿਨ ਜਿਹੜਾ ਪਾਵਨ ਪਵਿੱਤਰ ਦਿਹਾੜਾ ਹੈਗਾ ਗੁਰੂ ਪਾਤਸ਼ਾਹ ਦਾ ਜੀ, ਖਾਲਸਾ ਸਾਜਨਾ ਦਿਵਸ, ਗੁਰੂ ਪਾਤਸ਼ਾਹ ਨੇ ਸਿੱਖੀ ਦੇ ਸਿਧਾਂਤਾਂ ਦੀ ਇੱਕ ਨਵੀਂ ਹੋਂਦ ਦਾ ਮੁੱਢ ਬੰਨਿਆ ਜੀ। ਮਤਲਬ ਸਿੱਖੀ ਸਰੂਪ ਦੇ ਵਿੱਚ ਸਿੱਖਾਂ ਨੂੰ ਮਗਰ ਸਿੰਘ ਲਾ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜਾਂ ਸਿੰਘਾਂ ਤੋਂ ਆਪਣਾ, ਸਾਰੇ ਆਪਾਂ ਜਾਣਦੇ ਹਾਂ ਭਲੀ ਭਾਂਤ ਜਾਣੂ ਹਾਂ ਕਿ ਨਵੀਆਂ ਰਹਿਤ ਮਰਿਆਵਾਂ ਦੇ ਮੁਤਾਬਕ ਇੱਕ ਦੂਸਰਿਆਂ ਦੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਗੁਰੂ ਪਾਤਸ਼ਾਹ ਨੇ ਇੱਕ ਕੌਮ ਸਾਜੀ ਆ ਜੀ। ਸੋ ਬੜੀ ਦੁੱਖ ਦੀ ਗੱਲ ਆ ਕਿ ਉਹ ਕੌਮ ਜਿਹਨੇ ਮਤਲਬ ਕੁੱਲ ਲਕਾਈ ਦਾ ਦੁੱਖ ਦਰਦ ਵੰਡਾਇਆ ਹੋਵੇ ਜੀ, ਅਤੇ ਕਿਸੇ 'ਤੇ ਵੀ ਭੀੜ ਪੈਂਦੀ ਹੋਵੇ ਅਤੇ ਉਹਨਾਂ ਦੇ ਮੂਹਰੇ ਹੋ ਕੇ ਗੁਰੂ ਦੇ ਸਿੰਘਾਂ ਨੇ ਰਾਸਤੇ ਰੋਕੇ ਹੋਣ ਜੀ, ਅਤੇ ਉਸੇ ਸਿੱਖ ਕੌਮ ਦੇ ਵਿੱਚ ਪਿੰਡਾਂ ਦੇ ਵਿੱਚ ਕੁਛ ਜਿਹੜੇ ਨਾ ਸ਼ੁਕਰੇ ਲੋਕ ਨੇ ਜੀ, ਜਿਹੜੇ ਮਤਲਬ ਇਹ ਨਹੀਂ ਹੈਗਾ ਕਿ ਮੱਥਾ ਨਹੀਂ ਟੇਕਦੇ ਹੋਣਗੇ, ਜਾਂਦੇ ਹੋਣਗੇ ਗੁਰੂ ਘਰਾਂ 'ਚ ਮੱਥੇ ਟੇਕਦੇ ਹੋਣਗੇ ਜੀ, ਪਰ ਇੰਨੀ ਕਿ ਇਹਨਾਂ ਦੀ ਬੁੱਧੀ ਭ੍ਰਿਸ਼ਟ ਆ ਕੇ ਮੱਥਾ ਟੇਕਣ ਦੇ ਬਾਵਜੂਦ ਇਹਨਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈਗਾ, ਇਹ ਜੋ ਬਾਣਾ ਹੈ ਜਾਂ ਗੁਰੂ ਦਾ ਪਾਇਆ ਹੋਇਆ ਉਹ ਗੁਰੂ ਦਾ ਵਾ। ਬਿਲਕੁਲ ਜੀ ਬਿਲਕੁਲ, ਉਹ ਗੁਰੂ ਨੇ ਬਖਸ਼ਿਸ਼ ਕੀਤਾ ਅਤੇ ਗੁਰੂ ਦੇ ਬਾਣੀ ਬਾਣੇ ਉੱਪਰ ਵਾਰ ਕਰਨਾ
ਬਿਲਕੁਲ ਹੀ ਨਿਹਾਇਤ ਹੀ ਇੱਕ ਘਿਣਾਉਣਾ ਕਰਮ ਹੈਗਾ ਵਾ ਜੀ। ਜੋ ਇਹ ਛੋਟੀ ਉਮਰ ਦੀ ਹੈਗੀ ਆ ਲੜਕੀ, ਕਿੰਨੀ ਉਮਰ ਹੈ ਬੱਚੇ ਤੁਹਾਡੀ? 18 ਸਾਲ ਦੀ ਉਮਰ ਹੈ ਇਹਦੀ ਜੀ। ਇਹਦੇ ਕੇਸ ਪੱਟੇ ਗਏ ਆ ਜੀ, ਅਤੇ ਫਿਰ ਇਹਨੇ ਦਿਖਾਇਆ ਟੀ ਸ਼ਰਟ, ਦਿਖਾਓ ਜੀ ਆਪਣੀ। ਫਿਰ ਇਹਦੇ ਦੇਖੋ ਕੱਪੜੇ ਪਾਏ ਹੋਏ ਸੀ, ਕੱਪੜੇ ਵੀ ਪਾੜੇ ਇਹਦੇ ਜੀ ਜੀ। ਦੇਖੋ ਹੈ ਜੀ, ਬਿਲਕੁਲ। ਸੋ ਇਹ ਮੇਰੇ ਮੁਤਾਬਕ ਤਾਂ ਇਹ ਘਟੀਆਪਣ ਦੀਆਂ ਹੱਦਾਂ ਪਾਰ ਕਰਨ ਵਾਲਾ ਇਹ ਕਾਰਾ ਹੈਗਾ ਵਾ ਜੀ। ਬਿਲਕੁਲ ਨਹੀਂ ਬਖਸ਼ਾਂਗੇ ਜੀ ਅਸੀਂ। ਜਥੇਬੰਦੀ ਵੱਲੋਂ ਪਹਿਲਾਂ ਵੀ ਅਸੀਂ ਇਹ ਐਲਾਨ ਕਰਦੇ ਰਹਿੰਦੇ ਹਾਂ ਵੀ ਜਿੱਥੇ ਵੀ ਕਿਤੇ ਬਾਣੀ ਅਤੇ ਬਾਣੇ ਦੀ ਬੇਅਦਬੀ ਦਾ ਕੋਈ ਮੁੱਦਾ ਹੋਊਗਾ ਜੀ, ਤਾਂ ਨੈਚੁਰਲੀ ਆ, ਕੁਦਰਤੀ ਆ ਕਿ ਸਾਡੀ ਉੱਥੇ ਹੋਂਦ ਬਣਨੀ ਹੈ ਜਥੇਬੰਦੀ ਦੀ ਜੀ। ਅਸੀਂ ਜ਼ਰੂਰ ਉੱਥੇ ਹਾਜ਼ਰ ਹੋ ਜਾਣਾ ਵਾ। ਅਸੀਂ ਗੁਰੂ ਦੇ ਬਾਣੀ ਅਤੇ ਬਾਣੇ ਦੇ ਸਤਿਕਾਰ ਲਈ ਸਾਡੀ ਪਹਿਲਕਦਮੀ ਰਹੀ ਆ ਹਮੇਸ਼ਾ ਜੀ ਅਤੇ ਰਹੂਗੀ। ਸੋ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ, ਜੋ ਇਸ ਲੜਕੀ ਦਾ ਬੇਅਦਬੀ ਦੀਆਂ ਧਾਰਾਵਾਂ ਤਹਿਤ ਜੋ ਬਣਦੀ ਕਾਰਵਾਈ ਉਹ ਦਰਜ ਅਸੀਂ ਕਰਵਾਵਾਂਗੇ। ਜਿਵੇਂ ਕਿ ਭੈਣ ਜੀ ਨੇ ਬਾਬਾ ਜੀ ਕਿਹਾ ਕਿ ਕਿਰਪਾਨਾਂ ਰੜਕਦੀਆਂ ਕਈਆਂ ਨੂੰ, ਬਹੁਤ ਸਾਰੇ ਸ਼ਰਾਰਤੀ ਅਨਸਰਾਂ ਨੂੰ। ਹੁਣ ਪੰਜਾਬ ਵਿੱਚ ਵੀ ਜਿਹੜੇ ਪਿੰਡਾਂ ਦੇ ਵਿੱਚ ਵੀ ਇਹ ਘਟਨਾ ਹੋ ਗਈ, ਜਿਵੇਂ ਕਿ ਪਹਿਲਾਂ ਤਾਂ ਪੰਜਾਬ ਤੋਂ ਬਾਹਰਲੀਆਂ ਘਟਨਾ ਸੀ, ਹੁਣ ਪਿੰਡਾਂ ਦੇ ਵਿੱਚ ਵੀ ਘਟਨਾ ਹੋਣ ਲੱਗ ਗਈਆਂ। ਦੇਖੋ ਮੈਂ ਅਪੀਲ ਕਰਦਾ ਲੋਕਾਂ ਨੂੰ, ਜਾਗਰੂਕ ਹੋਵੋ, ਕਦੇ ਵੀ ਰਾਜੀਨਾਮੇ ਨਾ ਕਰੋ। ਅਗਰ ਤੁਹਾਡੀ ਬਾਣੀ ਅਤੇ ਬਾਣੇ 'ਤੇ ਕੋਈ ਅਟੈਕ ਹੁੰਦਾ ਵਾ, ਜਥੇਬੰਦੀ ਨੂੰ ਇਤਲਾਹ ਦਿਓ ਜੀ, ਬਕਾਇਦਾ ਪਰਚੇ ਦਰਜ ਕਰਾ ਕੇ ਕੋਰਟ ਦੇ ਵਿੱਚ ਫੇਸ ਕਰੋ ਮਸਲੇ ਨੂੰ ਜੀ। ਜੱਜ ਸਾਹਿਬ ਦੇ ਮੂਹਰੇ ਖੜ੍ਹ ਕੇ ਉਂਗਲੀ ਕਰਕੇ ਗਵਾਹੀ ਦਿਓ ਠੋਕ ਕੇ ਜੀ, ਐਜ਼ ਏ ਵਿਟਨੈਸ, ਮਤਲਬ ਗਵਾਹੀ ਦਿਓ ਅਤੇ ਪੂਰੀ ਆਪਣੀ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਵਧੀਆ ਵਕੀਲ ਕਰਕੇ ਪੈਰਵਾਈ ਕਰਕੇ ਉਹਨਾਂ ਲੋਕਾਂ ਨੂੰ ਛਿੱਕੇ ਟੰਗੋ। ਤੁਹਾਡੇ ਜੱਥੇ ਵੱਲੋਂ ਕੀ ਸੰਘਰਸ਼ ਕੀਤਾ ਜਾਵੇ? ਸੰਘਰਸ਼ ਦੇਖੋ ਜੀ, ਆਮ ਹੀ ਇਹ ਚੀਜ਼ਾਂ ਦੀ ਮਤਲਬ ਵਾਧਾ ਹੋ ਰਿਹਾ ਕਿ ਲੋਕ ਮੈਂਟਲ ਆਉਂਦੇ ਆ, ਇੱਦਾਂ ਸੋਚਦੇ ਸਜਦੇ ਹੈ ਨਹੀਂਗੇ ਜੀ। ਸੋ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਵੀ ਅਸੀਂ ਬੜਾ ਮਤਲਬ ਕੋਪਰੇਟ ਕਰਦੇ ਹਾਂ, ਅਸੀਂ ਪੀਸਫੁਲੀ ਮੁਤਾਬਕ ਕਾਨੂੰਨ ਦੇ ਅਸੀਂ ਡੀਲ ਕਰਦੇ ਹਾਂ। ਮਤਲਬ ਸਾਨੂੰ ਪੰਥਕ ਸਖਤੀ ਨਾਲ ਨਜਿੱਠਣ 'ਤੇ ਮਜਬੂਰ ਆ, ਇਹਨਾਂ ਲੋਕਾਂ ਨਾਲ ਕੀਤਾ ਜਾਵੇ ਜੀ। ਅਸੀਂ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਹੋਈ, ਪੁਲਿਸ ਅਧਿਕਾਰੀ ਨਹੀਂ ਜੀ, ਹਾਲ ਦੀ ਘੜੀ ਨਹੀਂ। ਹਜੇ ਤਾਂ ਮੈਂ ਇਹਨਾਂ ਦਾ ਲੜਕੀ, ਇਹਦੀ ਮਾਤਾ ਵੀ ਦਾਖਲ ਆ, ਇਹਨਾਂ ਦਾ ਪਤਾ ਲੈਣ ਲਈ ਹੋਸਪਿਟਲ 'ਚ ਆਇਆ ਵਾਂ ਜੀ। ਸੋ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ, ਜੋ ਇਹਨਾਂ ਦੀ ਬਣਦੀ ਕਾਰਵਾਈ ਆ ਉਹ ਪਰਿਵਾਰ ਨੂੰ ਇਨਸਾਫ ਦਵਾਵੇਗੀ ਜੀ ਜਥੇਬੰਦੀ ਜੀ। ਵਾਹਿਗੁਰੂ ਜੀ, ਮੇਰਾ ਲੜਕੀ ਦੇ ਬਰਦਰ ਵੀ ਖੜੇ ਮੇਰੇ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਗੁਰਧਿਆਨ ਸਿੰਘ ਹੈ ਜੀ। ਤੁਸੀਂ ਲੜਕੀ ਦੇ ਬਰਦਰ ਹੋ? ਹਾਂਜੀ ਬਰਦਰ ਹਾਂ ਜੀ। ਕੀ ਘਟਨਾ ਹੋਈ ਸੀ ਉਸ ਦਿਨ? ਉਸ ਦਿਨ ਜੀ ਅਸੀਂ ਬੱਸ ਚੜਾਉਣ ਚੱਲੇ ਸੀ, ਮਾਤਾ ਜੀ ਨਾਲ ਸੀ, ਅਸੀਂ ਅੰਦਰ ਸੀਗੇ ਜੀ ਜੀ। ਹਾਂਜੀ, ਅਤੇ ਇਹਨਾਂ ਨੇ ਰਾਤ ਨੂੰ ਹੀ ਕੋਈ ਕਾਰਵਾਈ ਕੀਤੀ ਸੀਗੀ ਵੀ ਇਹਨਾਂ ਨੂੰ ਅਸੀਂ ਤੜਕੇ ਛੱਡਣਾ ਨਹੀਂ। ਇਹਨਾਂ ਨੇ ਇਹ ਵੀ ਕੀਤਾ, ਅੱਜ ਤਾਂ ਪਾਣੀ ਡੁੱਲਿਆ, ਕੱਲ੍ਹ ਤੁਹਾਡਾ ਖੂਨ ਵੀ ਡੁੱਲੂਗਾ ਜੀ। ਅੱਛਾ ਜੀ। ਹਾਂਜੀ, ਅਤੇ ਇਹਨਾਂ ਨੇ ਸੁਬਾਹ ਮੈਂ ਕੰਮ 'ਤੇ ਚੱਲਾ ਸੀ, ਮੈਂ ਨਹਾਉਣ ਲੱਗ ਗਿਆ, ਮੇਰੇ ਫਾਦਰ ਸਾਹਿਬ ਗੁਰਦੁਆਰੇ ਗਏ ਸੀਗੇ ਜੀ ਮੱਥਾ ਟੇਕਣ, ਮੈਂ ਨਹਾ ਗਏ ਬਸ ਤਿਆਰ ਹੀ ਹੋਣ ਲੱਗਿਆ ਸੀਗਾ। ਜਦੋਂ ਫਾਦਰ ਸਾਹਿਬ ਆਏ, ਇਹਨਾਂ ਨੇ ਅੰਦਰੋਂ ਖੰਡਾ ਚੱਕ ਲਿਆਂਦਾ। ਮੇਰੇ ਹਿਸਾਬ ਨਾਲ ਇਹਨਾਂ ਨੇ ਜਾਣ ਕੇ ਇਹਨਾਂ ਦੇ ਸਿਰ 'ਚ 2 ਵਾਰ ਕੀਤੇ, ਮਾਤਾ ਜੀ ਨੂੰ ਅਤੇ ਮੇਰੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਵੀਰ ਜੀ। ਅਸੀਂ ਬਹੁਤ ਗਰੀਬ ਪਰਿਵਾਰ 'ਚੋਂ ਹਾਂ, ਰਾਤ ਨੂੰ 500 ਲਿਆਉਂਦੇ ਹਾਂ, ਹੱਥ ਨੂੰ 200 ਦੁੱਧ 'ਤੇ ਉੱਡ ਜਾਂਦਾ ਵਾ ਜੀ, ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ। ਜਿੱਥੇ ਗਰੀਬ ਪਰਿਵਾਰ ਇਨਸਾਫ ਦੀਆਂ ਦੁਹਾਈਆਂ ਲਾਉਣ ਅਤੇ ਸੂਬਾ ਸਰਕਾਰ ਦੇ ਕੰਨਾਂ ਤੀਕਰ ਆਵਾਜ਼ ਨਾ ਸੁਣੇ ਪਹੁੰਚੇ, ਤਾਂ ਮੈਨੂੰ ਨਹੀਂ ਲੱਗਦਾ ਉਹ ਭਵਿੱਖ ਆਉਣ ਵਾਲਾ ਉਜਵਲ ਹੋਵੇਗਾ। ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕਹਾਣੀ ਵਿੱਚ ਹੋਰ ਮੋੜ ਕੀ ਕੀ ਆਉਣਗੇ।